ਹੈਲੋ ਐਵਰੀਵਨ, ਵੈਲਕਮ ਟੂ ਨਿਊਜ਼ ਆਫ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਨੇ ਜੀ SSC GD ਦੀਆਂ, ਜਿਸ ਦੇ ਵਿੱਚ PSF, CISF, CRPF, SSB, ITBP, AR, SSF ਅਤੇ NCV ਸ਼ਾਮਲ ਹਨ। ਟੋਟਲ ਪੋਸਟ ਹਨ ਜੀ 39,481, ਜਿਸ ਦੇ ਵਿੱਚ ਮੁੰਡਿਆਂ ਦੇ ਲਈ 35,612 ਪੋਸਟ ਹਨ ਅਤੇ ਕੁੜੀਆਂ ਦੇ ਲਈ ਪੋਸਟ ਹਨ 3869। ਠੀਕ ਹੈ ਜੀ, ਇਹਨਾਂ ਪੋਸਟਾਂ ਦੇ ਲਈ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। 14/10/2024 ਇਹਨਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਹੈ ਅਤੇ 5/9/2024 ਤੋਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ, ਅਤੇ ਇਸਦਾ ਸਭ ਤੋਂ ਪਹਿਲਾਂ ਪੇਪਰ ਲਿਆ ਜਾਣਾ, ਉਸ ਤੋਂ ਬਾਅਦ ਫਿਜ਼ੀਕਲ ਹੋਣਾ। ਪੇਪਰ ਹੋਣਾ ਜਿਹੜਾ ਉਹ ਜਨਵਰੀ ਫਰਵਰੀ 2025 ਦੇ ਵਿੱਚ ਤੁਹਾਡਾ ਪੇਪਰ ਹੋਣਾ। ਅਤੇ ਇਹਨਾਂ ਪੋਸਟਾਂ ਦੇ ਲਈ ਜਿਹੜੀ ਏਜ ਲਿਮਿਟ ਰੱਖੀ ਗਈ ਹੈ ਉਹ 18-23 ਸਾਲ ਹੈ। 18-23 ਸਾਲ ਦੇ ਵਿੱਚ ਜੇ ਤੁਹਾਡੀ ਉਮਰ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਜਨਰਲ ਕੈਟਾਗਰੀ ਦੇ ਲਈ 100 ਰੁਪਈਆ ਫੀਸ ਰੱਖੀ ਗਈ ਹੈ। SC ਅਤੇ ਕੁੜੀਆਂ ਦੇ ਲਈ ਕੋਈ ਫੀਸ ਨਹੀਂ ਰੱਖੀ ਗਈ। SC ST ਅਤੇ ਕੁੜੀਆਂ ਦੇ ਲਈ ਕੋਈ ਫੀਸ ਨਹੀਂ ਹੈ ਇਹਨਾਂ ਪੋਸਟਾਂ ਦੇ ਲਈ। ਠੀਕ ਹੈ ਜੀ, ਉਸ ਤੋਂ ਬਾਅਦ ਪਹਿਲਾਂ ਪੇਪਰ ਹੋਣਾ। ਪੇਪਰ ਦੇ ਲਈ ਜੋ ਸ਼ਡਿਊਲ ਰੱਖਿਆ ਗਿਆ ਉਹ ਇਸ ਪ੍ਰਕਾਰ ਹੈ। ਜਨਰਲ ਇੰਟੈਲੀਜੈਂਸ ਅਤੇ ਰੀਜਨਿੰਗ 20 ਕੁਐਸਚਨ ਆਉਣੇ 40 ਨੰਬਰ ਦੇ। ਜਨਰਲ ਨੌਲੇਜ, ਜਨਰਲ ਅਵੇਅਰਨੈਸ 20 ਕੁਐਸਚਨ, ਐਲੀਮੈਂਟਰੀ ਮੈਥ 20 ਕੁਐਸਚਨ, ਇੰਗਲਿਸ਼ ਜਾਂ ਹਿੰਦੀ 20 ਕੁਐਸਚਨ ਇਸ 'ਤੇ ਆਉਣੇ। ਤਾਂ ਡੈਟਸ ਆਲ ਗਾਈਜ਼। ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।